ਸੀਏ ਸਟਾਫ ਅੰਮ੍ਰਿਤਸਰ ਨੇ ਰੋਬਰੀ ਅਤੇ ਮਰਡਰ ਕੇਸ ਦਾ ਖੁਲਾਸਾ ਕਰਦਿਆਂ ਹੋਇਆਂ ਪ੍ਰੋਡਕਸ਼ਨ ਵਰਨ 'ਤੇ ਇੱਕ ਗੈਂਗਸਟਰ ਨੂੰ ਲਿਆਂਦਾ ਸੀਗਾ ਤਾਂ ਉਸ ਪਾਸੋਂ ਇਹ ਖੁਲਾਸੇ ਹੋਏ ਨੇ। ਇੱਕ ਗੈਂਗਸਟਰ ਸੀਗਾ ਮਸਤੀ, ਉਸਦਾ ਕਤਲ ਕਿਸ ਤਰ੍ਹਾਂ ਹੋਇਆ ਸੀਗਾ, ਕਿਹਨੇ ਕਰਵਾਇਆ ਸੀਗਾ, ਉਸਦੇ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਡੀ ਸੀ ਪੀ ਭੁਪਿੰਦਰ ਸਿੰਘ ਮੌੜ। ਸਰ, ਕੀ ਮਾਮਲਾ ਹੈ ਔਰ ਇਹਦੇ ਬਾਰੇ ਕੀ ਖੁਲਾਸੇ ਹੋਏ? ਇਹ ਆਪ ਜਿਸ ਤਰ੍ਹਾਂ ਪਤਾ ਹੈ ਵੀ ਪਿੱਛੇ ਸੀ ਆਈ ਏ ਅੰਮ੍ਰਿਤਸਰ ਨੇ ਜਿਹੜਾ ਅੰਗਰੇਜ਼ ਗੈਂਗਸਟਰ ਨੂੰ ਜਿਹੜਾ ਅਰੈਸਟ ਕੀਤਾ ਸੀਗਾ, ਉਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਕੇਸਾਂ 'ਚ ਪ੍ਰੋਡਕਸ਼ਨ ਰਨ 'ਤੇ ਲਿਆ ਕੇ ਪੁੱਛਗਿੱਛ ਕਰ ਰਹੀ ਹੈ। ਜੋ ਇਹਨੂੰ ਹੁਣ ਜਿਹੜਾ ਗੁਰੂ ਬਾਜ਼ਾਰ ਦੇ ਵਿੱਚ ਲੋਟੋ ਕੇਸ ਦੇ ਵਿੱਚ ਜਿਹੜਾ ਇਹਨੂੰ ਪ੍ਰੋਡਕਸ਼ਨ ਰਨ 'ਤੇ ਲਿਆਂਦਾ ਗਿਆ, ਜਿਸ ਦੇ ਵਿੱਚ ਇਹਦੇ ਕੋਲ ਅਹਿਮ ਖੁਲਾਸੇ ਹੋਏ ਨੇ ਕਿ ਇਸ ਜੋ ਕਿ ਇਹਨੇ ਇਹ ਵਾਰਦਾਤ ਸ਼ੁਭਮ ਦੇ ਦੱਸਣ ਮੁਤਾਬਕ ਵੀ ਔਰ ਇਸ ਦੇ ਦੱਸਣ ਮੁਤਾਬਕ ਵੀ 6 ਬੰਦਿਆਂ ਨੇ ਉਸਨੂੰ ਅੰਜਾਮ ਦਿੱਤਾ ਸੀਗਾ। ਕਿੰਨਾ ਸੋਨਾ ਲੁੱਟਿਆ ਸੀਗਾ ਮਰਾਠੇ ਕੋਲ? ਮਰਾਠੇ ਕੋਲੋਂ 1100 ਗ੍ਰਾਮ ਔਰ ਜਿਹੜਾ ਪ੍ਰੇਮ ਜੂਲਰ ਹੈ ਉਹਨਾਂ ਕੋਲੋਂ 11 ਕਿਲੋ ਦੇ ਕਰੀਬ ਇਹਨਾਂ ਨੇ ਸੋਨਾ ਜਿਹੜਾ ਲੁੱਟ ਕੀਤੀ ਸੀਗੀ। ਜੋ ਇਹਨਾਂ ਨੇ ਲੁੱਟ ਤੋਂ ਬਾਅਦ ਦੇ ਵਿੱਚ ਇਹ ਅੰਗਰੇਜ਼ ਕਰਨ ਮਸਤੀ ਦੇ ਨਾਲ ਸੁੰਦਰ ਨਗਰ ਜਾ ਕੇ ਸ਼ੈਲਟਰ ਲੈ ਲਿਆ ਸੀਗਾ। ਸੁੰਦਰ ਨਗਰ ਕੁਛ ਦੇਰ ਰਹਿਣ ਤੋਂ ਬਾਅਦ ਇਹ ਦਿੱਲੀ ਸ਼ਿਫਟ ਹੋ ਗਏ ਸੀ, ਉੱਥੇ ਸਸਤਾ ਕਿਰਾਏ ਦਾ ਫਲੈਟ ਲੈ ਕੇ ਇਸ ਇਹਨਾਂ ਨੇ ਇੱਥੇ ਰਿਹਾਇਸ਼ ਕਰ ਲਈ ਸੀਗੀ ਔਰ ਉੱਥੇ ਕਰਨ ਮਸਤੀ ਦੇ ਉੱਪਰ ਇਹਨੇ ਸ਼ੱਕ ਪੈਣ ਦੇ ਉੱਪਰ ਉਹ ਕਿਸੇ ਆਪਣੀ ਗਰਲਫ੍ਰੈਂਡ ਨਾਲ ਗੱਲ ਕਰ ਰਿਹਾ ਸੀਗਾ ਵੀ ਇਸ ਨੂੰ ਆਪਾਂ ਮਾਰ ਦੇਵੇ, ਸੋ ਇਹਨੂੰ ਸ਼ੱਕ ਪੈ ਗਿਆ। ਜੋ ਇਸਨੇ ਜੱਗੂ ਜੋ ਉਸ ਟਾਈਮ ਵੀ ਜੇਲ੍ਹ 'ਚ ਸੀ ਅਤੇ ਹੁਣ ਵੀ ਜੇਲ੍ਹ 'ਚ ਹੈ, ਉਹਦੇ ਨਾਲ ਫੋਨ 'ਤੇ ਸੰਪਰਕ ਕੀਤਾ ਵੀ ਕਰਨ ਮਸਤੀ ਇਸ ਤਰ੍ਹਾਂ ਗੱਲ ਕਰ ਰਿਹਾ, ਜੱਗੂ ਦੇ ਤੈਨੂੰ ਕਿਹਾ ਵੀ ਅਗਰ ਤੂੰ ਉਹਨੂੰ ਨਹੀਂ ਮਾਰੇਗਾ ਤਾਂ ਉਹ ਤੈਨੂੰ ਮਾਰ ਦੇਗਾ। ਸੋ ਇਸਨੇ ਜੱਗੂ ਦੇ ਕਹਿਣ ਦੇ ਉੱਪਰ ਜਿਹੜਾ ਆ ਉਸਨੂੰ ਉਸਦਾ ਮਰਡਰ ਕਰਤਾ ਸੀਗਾ। ਲੱਸੀ ਦੇ ਵਿੱਚ ਨੀਂਦ ਦੀਆਂ ਗੋਲੀਆਂ ਦੇ ਕੇ ਚਾਦਰ ਫਾੜ ਕੇ ਉਹਦੇ ਨਾਲ ਉਹਦਾ ਗਲ ਘੁੱਟ ਕੇ ਉਹਨੂੰ ਬੰਨ ਕੇ ਉਸੇ ਦੀ ਗੱਡੀ ਦੇ ਵਿੱਚ ਆਪਣੇ ਜਿੱਥੇ ਫਲੈਟ ਦੇ ਵਿੱਚ ਉਹ ਕਿਰਾਏ 'ਤੇ ਰਹਿੰਦੇ ਸੀਗੇ ਉੱਥੋਂ 7-8 ਕਿਲੋਮੀਟਰ ਦੂਰ ਰਾਤ ਨੂੰ ਛੱਡ ਕੇ ਆ ਗਿਆ ਸੀਗਾ। ਔਰ ਉਸ ਤੋਂ ਆਉਣ ਤੋਂ ਬਾਅਦ ਜਿਹੜਾ ਸੋਨਾ ਸੀਗਾ, ਜਿਹੜਾ ਲੁੱਟਦਾ ਸੋਨਾ ਸੀਗਾ, ਉਹ 'ਚੋਂ 1.5 ਕਿਲੋ ਸੋਨਾ ਜਿਹੜਾ ਇਹਨੇ ਨਿੱਕੇ ਦੇ ਥਰੂ ਜੱਗੂ ਕੋਲ ਪਹੁੰਚਾ ਦਿੱਤਾ ਸੀ। ਔਰ ਉਸ ਤੋਂ ਬਾਅਦ ਜਿਹੜੀ ਇਹਦੀ ਅਹਿਮ ਪੁੱਛਗਿੱਛ ਕੀਤੀ ਗਈ, ਇਹਨੇ ਜੋ ਸੋਨਾ ਕਿੱਥੇ ਵੇਚਿਆ, ਆਪਣੇ ਹਿੱਸੇ ਦਾ ਕਿਹਨੂੰ ਦਿੱਤਾ ਸੀਗਾ, ਉਸ ਦੇ ਵਿੱਚ ਇੱਕ ਵਿਸ਼ਾਲ ਸੁਨਿਆਰਾ ਗੁਰੂ ਬਾਜ਼ਾਰ ਦਾ ਔਰ ਇੱਕ ਬਿੱਟੂ ਸੁਨਿਆਰਾ ਜਿਹੜਾ ਤਰਨ ਤਾਰਨ ਦਾ, ਉਸ ਤੋਂ ਅਸੀਂ ਅੱਗੇ ਅਰੈਸਟ ਕੀਤਾ। ਜੋ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬ ਹੁਣ ਸੋਨਾ ਰਿਕਵਰ ਹੋਇਆ ਔਰ ਇਸ ਕੇਸ ਦੇ ਵਿੱਚ ਟੋਟਲ ਜਿਹੜਾ 1 ਕਿਲੋ ਦੇ ਕਰੀਬ ਅਸੀਂ ਰਿਕਵਰ ਕਰ ਚੁੱਕੇ ਹਾਂ ਔਰ 4 ਮੈਂਬਰ ਜਿਹੜੇ ਹਜੇ ਉਹਨਾਂ ਦੇ ਪਕੜਨੇ ਬਾਕੀ ਹੈ, ਜਿਨ੍ਹਾਂ ਦੇ ਕੋਲ ਕਰੀਬ 1.5 ਕਿਲੋ ਦੇ ਕਰੀਬ ਸੋਨਾ। ਸਰ, ਇੱਕੋ ਗਿਰੋਹ ਸੀਗਾ ਅਤੇ ਕਤਲ ਕਰਨ ਦਾ ਕੀ ਕਾਰਨ ਮੰਨਦੇ ਹੋ? ਕਤਲ ਆਪਸ ਦੇ ਵਿੱਚ ਲਾਲਚ ਵੀ ਕਹਿ ਸਕਦੇ ਹਾਂ ਔਰ ਇੱਕ ਦੂਸਰੇ ਦਾ ਡਰ ਵੀ ਕਹਿ ਸਕਦੇ ਹਾਂ ਕਿ ਅਗਰ ਮੈਂ ਇਹਨੂੰ ਨਹੀਂ ਮਾਰੂੰਗਾ ਤਾਂ ਉਹ ਮੈਂ ਮਾਰ ਕੇ ਮੇਰਾ ਸੋਨਾ ਲੈ ਜਾਵੇਗਾ, ਅਗਰ ਮੈਂ ਉਸਨੂੰ ਮਾਰ ਦਿਆਂ ਤਾਂ ਮੈਂ ਉਹਦਾ ਸੋਨਾ ਲੈ ਜਾਵਾਂ। ਔਰ ਹੋਇਆ ਵੀ ਇਸੇ ਤਰ੍ਹਾਂ ਹੀ, ਜੋ ਇਹਨੇ ਉਸ ਤੋਂ ਸੋਨਾ 1.5 ਕਿਲੋ ਦੇ ਕਰੀਬ ਉਸੋਂ ਸੋਨਾ ਇਹਨੂੰ ਜਿਹੜਾ ਉਸਦਾ ਮਿਲ ਗਿਆ ਸੀਗਾ, ਇਹਨੂੰ ਪਤਾ ਸੀ ਕਿੱਥੇ ਪਿਆ, ਪਰ ਉਹ ਸੋਨਾ ਇਹਨੇ ਜਿਹੜਾ ਉਹਦੇ ਹਿੱਸੇ ਦਾ ਮਸਤੀ ਵਾਲਾ ਜੱਗੂ ਨੂੰ ਦੇ ਦਿੱਤਾ ਸੀ, ਜਿਸ ਤੋਂ ਇਹ ਰਿਕਵਰ ਕਰਿਆ। ਹਾਂਜੀ ਹਾਂਜੀ, ਰਿਕਵਰੀ ਜਿਹੜੀ ਅੱਜ ਤਾਂ 1 ਕਿਲੋ ਹੀ ਹੋਈ ਹੈ, ਅਸੀਂ ਤਾਂ 10-11 ਕਿਲੋ ਰਿਕਵਰੀ ਹੋਰ ਕਰ ਦਿੱਤੀ। ਗਰਮੀ ਨਾਲ ਗੈਂਗਸਟਰ ਬਿਲਕੁਲ ਕਾਬੂ ਹੇਠ ਨੇ, ਸਿਰਫ ਇੱਕਾ ਦੁੱਕਾ ਜਿਹੜੇ ਨੇ ਉਹ ਰਹਿ ਗਏ ਨੇ, ਉਹ ਬਾਕੀ ਅਸੀਂ ਉਹਨਾਂ ਨੂੰ ਪਕੜ ਲਵਾਂਗੇ। ਜਿਸ ਤਰ੍ਹਾਂ ਬੀ ਕੈਟਾਗਰੀ ਦੇ 1-2 ਰਹਿ ਗਏ ਨੇ ਇਸ ਕੇਸ ਦੇ ਵਿੱਚ, ਕਰਨ ਸ਼ੁਰੀਮਾਨ, ਅਰਵਿੰਦਰ ਮਾਨੂ, ਇੱਕ ਰਵੀ ਬਾਲਾ ਚੌਰੀ ਹੈ ਜਿਹੜਾ ਉਹ ਅਰੈਸਟ ਕਰ ਲਵਾਂਗੇ। ਇਹ ਸਨ ਡੀ ਸੀ ਪੀ ਭੁਪਿੰਦਰ ਸਿੰਘ ਢਿੱਲਰ, ਜਿਨ੍ਹਾਂ ਨੇ ਆਖਿਆ ਵੀ ਇੱਕ ਗੈਂਗਸਟਰ ਨੂੰ ਪ੍ਰੋਡਕਸ਼ਨ ਬਰਾਂਡ 'ਤੇ ਲਿਆਤਾ ਗਿਆ ਸੀਗਾ, ਉਸਦੇ ਦੱਸਣ ਮੁਤਾਬਿਕ 1/2 ਕਿਲੋ ਸੋਨਾ ਅਤੇ ਇੱਕ ਮਰਡਰ ਦਾ, ਜਿਹੜਾ ਦਿੱਲੀ ਵਿੱਚ ਗੈਂਗਸਟਰ ਦਾ ਮਰਡਰ ਹੋਇਆ ਸੀ ਮਸਤੀ ਦਾ, ਉਹਦਾ ਖੁਲਾਸਾ ਅੱਜ ਕੀਤਾ ਗਿਆ ਵੀ ਉਸਦੇ ਕੀ ਕਾਰਨ ਸੀਗੇ, ਕਿਉਂਕਿ ਸੋਨੇ ਦੀ ਮਰਡਰ ਨੂੰ ਲੈ ਕੇ ਇੱਕੋ ਗੈਂਗ ਵਿੱਚ ਜਿਹੜੀ ਉਹ ਤਕਰਾਰ ਹੋ ਗਈ ਸੀ, ਤਾਂ ਦਿੱਲੀ ਵਿੱਚ ਇੱਕ ਗੈਂਗਸਟਰ ਦਾ ਮਰਡਰ ਕੀਤਾ ਗਿਆ ਸੀ। ਕੈਮਰਾ ਪਰਸਨ ਕੇਜ ਬਾਵਨਾ, ਸਿਕੰਦਰ ਪ੍ਰਸੀਚਾ, ਗੈਂਗਸਟਰ ਟੀਮ, ਅੰਮ੍ਰਿਤਸਰ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।